ਤੇ ਮੈਂ ਇੰਟਰਨੈਸ਼ਨਲ ਪਲੇਅਰ ਹਾਂ ਜੀ ਰੈਸਲਿੰਗ ਦਾ, ਮੇਰਾ ਸਪੋਰਟਸ ਦਾ ਏ ਗ੍ਰੇਡ ਹੈ ਜੀ। 2008 ਸਰ ਸਾਨੂੰ ਪੰਜਾਬ ਪੁਲਿਸ ਭਰਤੀ ਕੀਤਾ ਸੀਗਾ ਜੀ। 4.5 ਸਾਲ ਨੌਕਰੀ ਹੋ ਗਈ, ਅੱਧਾ ਇੰਚ ਹਾਈਟ ਦੀ ਰਿਲੈਕਸੇਸ਼ਨ ਸੀ ਸਰ, ਔਰ ਲਗਾਤਾਰ 4 ਵਾਰ ਇੰਡੀਆ ਪੁਲਿਸ ਦਾ ਚੈਂਪੀਅਨ ਸੀਗਾ, ਸਾਨੂੰ ਕੱਢਤਾ ਜੀ। ਹਾਈਟ ਦੀ ਰਿਲੈਕਸੇਸ਼ਨ ਸੀਗਾ, 37 ਪਲੇਅਰ ਸਰ ਕੱਢਤੇ ਸੀ। ਇਹ 2012 'ਚ ਸਰ ਅਸੀਂ ਤੁਹਾਡੇ ਕੋਲ ਵੀ ਉਸ ਟਾਈਮ ਆਏ ਸੀਗੇ ਜੀ, ਅਤੇ ਨਹੀਂ ਉਦੋਂ ਸਰ ਸਾਰੇ ਇਕੱਠੇ ਹੋ ਕੇ ਚਲੋ ਉਸ ਟਾਈਮ, ਹਾਂਜੀ ਵੀ ਸਾਡੀ ਆਹ ਪ੍ਰੋਬਲਮ ਆ, ਚਲੋ ਆਏ ਵੀ ਸਰ ਕਿਸੇ ਨੇ, ਇਹਨਾਂ ਨੇ ਨਹੀਂ ਪ੍ਰੋਬਲਮ। ਉਸ ਤੋਂ ਸਰ ਬਾਅਦ ਮੈਂ ਅਮੈਰੀਕਾ ਕੰਟੈਕਟ ਸੀ ਕਲੱਬ ਨਾਲ ਜੀ, ਫਿਰ ਉੱਥੇ ਚਲਾ ਗਿਆ ਜੀ। 2 ਸਾਲ ਲਾਏ ਜੀ, ਚਲੋ 6 ਮਹੀਨੇ ਕਨੇਡਾ ਵੀ ਰਿਹਾ ਜੀ, ਅਤੇ ਬਾਈ ਗੁਰਲਾਲ ਘਨੌਰ ਆ ਜੀ ਜਿਹੜੇ MLA, ਉਹ ਸਾਡਾ ਇੱਕ ਕਲੱਬ ਨਾਲ ਕੰਟੈਕਟ ਸੀਗਾ ਜੀ, ਅਤੇ ਉਹਨਾਂ ਨੇ ਵੀ ਕਿਹਾ ਵੀ ਤੇਰੇ ਅੱਗੇ ਪਲੇਅਰ ਆ, ਇੱਥੇ ਨਹੀਂ ਰਹਿਣੇ ਚਾਹੀਦੇ, ਤੂੰ ਵਾਪਸ ਆ। ਫਿਰ ਉਸ ਤੋਂ ਬਾਅਦ ਸਰ ਅਮੈਰੀਕਾ ਤੋਂ ਵਾਪਸ ਆ ਕੇ ਮੈਂ ਹੁਣ ਪਟਿਆਲੇ ਅਕੈਡਮੀ ਵੀ ਬਣਾਈ ਆ ਰੈਸਲਿੰਗ ਜੀ, ਮੇਰੇ ਆਪਣੀ ਆਪਣੀ ਪਰਸਨਲ ਬਣਾਈ ਹੈ ਜੀ। 50 ਬੱਚੇ ਨੇ ਜੀ, ਨੈਸ਼ਨਲ ਚੈਂਪੀਅਨ ਆ ਜੀ, ਔਰ ਖੇਡਾਂ ਵਤਨ ਜਿਹੜੇ ਪੰਜਾਬ 'ਚ ਹੋਈਆਂ ਜੀ, ਉਹ 'ਚ ਸਭ ਤੋਂ ਜ਼ਿਆਦਾ ਮੈਡਲ ਜੀ ਰੈਸਲਿੰਗ 'ਚੋਂ ਮੇਰੀ ਅਕੈਡਮੀ ਦੇ ਹੈ ਜੀ। ਚਲੋ ਸਰ, ਵੈਸੇ ਪਟਵਾਰੀ ਦਾ ਤਾਂ ਕਦੇ ਨਹੀਂ ਸੋਚਿਆ ਸੀ ਮੈਂ, ਪਰ ਮੈਂ ਟੈਸਟ ਭਰਿਆ ਜੀ, ਅਤੇ ਥੈਂਕ ਯੂ ਜੀ। ਅਤੇ ਉਹਦੇ 'ਚ ਮੇਰਾ, ਹਾਂਜੀ ਮੈਂ ਰਿਕੁਐਸਟ ਇਹੀ ਕਰਦਾ ਸਰ ਵੀ ਮੈਨੂੰ ਏ ਗ੍ਰੇਡ ਹੈ ਜੀ ਮੇਰਾ, ਮੈਨੂੰ ਕਿਸੇ ਵੀ ਹਿਸਾਬ ਨਾਲ ਪਟਵਾਰੀ 'ਚੋਂ ਪਲੀਜ਼। ਉਹ ਕੋਈ ਗੱਲ ਨਹੀਂ, ਤੂੰ ਸਿਸਟਮ ਦੇ ਵਿੱਚ ਆ ਜਾ, ਹਾਂਜੀ। ਪਰ ਜੇ ਤੁਸੀਂ ਨੈਸ਼ਨਲ ਪਲੇਅਰ ਉਸ ਅਕੈਡਮੀ ਚੋਂ ਨਿਕਲ ਰਹੇ ਨੇ ਤਾਂ ਆਪਾਂ ਉਹਨੂੰ ਛੱਡਣਾ ਨਹੀਂ। ਸਰ ਸੁਸ਼ੀਲ ਜੋਗੇਸ਼ਰ ਦੱਤੋਂ ਨਹੀਂ ਹੈ ਜੀ, ਹਾਂਜੀ ਮੈਂ 12 ਸਾਲ ਉਹਨਾਂ ਨਾਲ ਇੰਡੀਆ ਟੀਮ ਦਾ ਪਾਰਟ ਰਿਹਾ ਜੀ। ਅਤੇ ਹੁਣ ਸਰ ਉਮੀਦ ਹੈ ਜੀ ਇੱਦਾਂ ਦੀ ਸਰਕਾਰਾਂ ਆਈਆਂ ਵੀ ਜ਼ਰੂਰ ਸ਼ੌਂਕ ਨਹੀਂ ਛੱਡਣਾ। ਸੀਨੀਅਰ ਸਰ ਵਰਲਡ ਏਸ਼ੀਆ ਜਿਹੜਾ, ਚਲੋ ਠੀਕ ਹੈ ਨੌਕਰੀ ਮਿਲ ਗਈ ਪਟਵਾਰੀ ਦੀ, ਪਰ ਇਹ ਨਹੀਂ ਹੈਗਾ ਕਿ ਤੁਸੀਂ ਉਸ ਤੋਂ ਉਹ 50 ਬੱਚੇ ਕੀ ਕਹਿਣਗੇ ਸਰ, ਉਹ ਮੇਰਾ ਪੈਸ਼ਨ ਸਾਡੇ ਕੋਚ ਨੂੰ ਤਾਂ ਨੌਕਰੀ ਮਿਲ ਗਈ ਕੱਢੇ ਬੰਦ, ਮੈਂ ਨੌਕਰੀ ਛੱਡ ਸਕਦਾ ਸਰ, ਉਹ ਮੇਰਾ ਪੈਸ਼ਨ ਆ। ਹਾਂ ਤੁਹਾਨੂੰ ਇਹ ਰਿਕੁਐਸਟ ਕਰਦਾ ਪਲੀਜ਼ ਪਲੀਜ਼ ਮੈਨੂੰ ਉਹ ਛੱਡ ਲਾਣੀ, ਹਾਂਜੀ ਆਪਾਂ ਕੋਈ ਕੋਈ ਨਾ ਕੋਈ ਸੈਟਿਸਫਾਈ ਕਰ ਲਾਂਗੇ ਸਰ। ਥੈਂਕ ਯੂ ਸਰ, ਤੁਹਾਨੂੰ ਸਪੋਰਟਸ ਦੇ ਸਪੋਰਟਸ ਕੋਟੇ 'ਚ ਕਿਤੇ ਨਾ ਕਿਤੇ ਤੁਹਾਡੀ ਡੈਪੂਟੇਸ਼ਨ 'ਤੇ ਜਾਂ ਕਿਵੇਂ ਵੀ ਤੁਹਾਨੂੰ ਉਹ ਲਾ ਦਾਂ, ਪਰ ਜੇ ਤੁਸੀਂ ਇਸ ਤਰ੍ਹਾਂ ਕਰਕੇ ਪੰਜਾਬ ਵਾਸਤੇ ਨੈਸ਼ਨਲ ਪਲੇਅਰ ਪੈਦਾ ਕਰ ਰਹੇ ਹੋ ਤਾਂ ਬਹੁਤ ਵਧੀਆ ਗੱਲ। ਥੈਂਕ ਯੂ ਸਰ।